ਇਸ ਵਕਤ ਅਸੀਂ ਖੜ੍ਹੇ ਹੋਏ ਹਾਂ ਵਸਤੀ ਨਾਮ ਦੇ ਜੋ ਕਿ ਮੱਖੂ ਬਲਾਕ ਦੇ ਅਧੀਨ ਆਉਂਦੀ ਆ। ਇੱਥੇ ਸਾਡੇ ਨਾਲ ਕੁਝ ਸੱਜਣ ਖੜ੍ਹੇ ਹੋਏ ਨੇ, ਕਿਸਾਨ ਖੜ੍ਹੇ ਹੋਏ ਨੇ। ਇਹਨਾਂ ਦਾ ਕੋਈ ਰਸਤੇ ਨੂੰ ਲੈ ਕੇ, ਜ਼ਮੀਨ ਨੂੰ ਲੈ ਕੇ ਕੋਈ ਥੋੜ੍ਹਾ ਇਹਨਾਂ ਦਾ ਵਿਵਾਦ ਚੱਲ ਰਿਹਾ, ਕੀ ਵਿਵਾਦ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ। ਹਾਂਜੀ, ਕੀ ਨਾਮ ਆਪ ਜੀ ਤੁਹਾਡਾ? ਹਰਬੰਸ ਸਿੰਘ ਜੀ। ਕਿਹੜਾ ਪਿੰਡ, ਕਿਹੜਾ ਤੁਹਾਡਾ? ਪਿੰਡ ਵਸਤੀ ਨਾਮਦੇਵ, ਜ਼ਿਲ੍ਹਾ ਫਿਰੋਜ਼ਪੁਰ। ਅਤੇ ਜਿਹੜਾ ਤੁਹਾਡਾ ਇਹ ਚੱਲ ਰਿਹਾ ਵਿਵਾਦ, ਕੀ ਚੱਕਰ ਕੀ ਆ ਸਾਰਾ, ਥੋੜ੍ਹਾ ਜਿਹਾ ਦਰਸ਼ਕਾਂ ਦੱਸੋ ਇਹਦੇ ਬਾਰੇ ਕੀ ਹੈ? ਚੱਕਰ ਜੀ, ਅਸੀਂ ਪਿਛਲੇ ਕੁਝ 15 ਸਾਲਾਂ ਤੋਂ ਸੰਘਰਸ਼ ਕਮੇਟੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਤਨਾਮ ਸਿੰਘ ਪੰਨੂ ਗਰੁੱਪ ਨਾਲ ਜੁੜੇ ਹੋਏ ਹਾਂ। ਓਕੇ। ਅਤੇ ਉਦੋਂ ਦੇ ਅੱਜ ਤੱਕ ਅਸੀਂ ਨਾਲ ਹਾਂ। ਅੱਜ ਜਿਹੜੇ ਇਹਨਾਂ ਦੇ ਹੁਣ ਮੌਕੇ ਦੇ ਆਗੂ ਨੇ, ਉਹ ਸਾਡੇ ਨਾਲ ਧੱਕੇਸ਼ਾਹੀ ਕਰ ਰਹੇ ਨੇ। ਪਿਛਲੇ ਸਾਲ ਵੀ ਮੈਂ ਇਹਨਾਂ ਦੇ ਘਰ ਜਾਂਦਾ ਰਿਹਾ, ਇੰਦਰਜੀਤ ਸਿੰਘ ਕੱਲੀਵਾਲਾ, ਉਹਨੇ ਮੇਰੀ ਕੋਈ ਗੱਲ ਨਹੀਂ ਸੁਣੀ। ਓਕੇ। ਅਤੇ ਹੁਣ ਜੋ ਕਿ ਸਾਡੀ ਜ਼ਮੀਨ ਆ, ਧੱਕੇਸ਼ਾਹੀ ਨਾਲ ਉੱਥੇ ਰਾਹ ਕੱਢਣਾ ਚਾਹੁੰਦੇ ਆ, ਕੋਈ ਰਾਹ ਬਣਦਾ ਨੀਗਾ। ਅਤੇ ਐਵੇਂ ਸਰਕਾਰੀ ਅਧਿਕਾਰੀ ਆਏ, ਜਾਂਚ ਕਰਕੇ ਗਏ ਨੇ, ਇਨਕੁਆਇਰੀ ਕਰਕੇ ਗਏ ਨੇ, ਇੱਥੇ ਕੋਈ ਰਾਹ ਨਹੀਂ ਬਣਦਾ। ਅਤੇ ਇਹ ਧੱਕੇ ਨਾਲ ਅਸੀਂ ਇਹਨਾਂ ਦੀ ਪਿੰਡ ਸਾਰਾ ਇਹਨਾਂ ਦਾ ਹੀ ਹੈ। ਮੈਂ ਇਕੱਲਾ ਘਰ ਕਰਕੇ, ਮੇਰੇ ਨਾਲ ਇੱਕ ਇਕੱਲਾ ਨੋਕ ਸਿੰਘ ਆ, ਬਾਕੀ ਸਾਰਾ ਪਿੰਡ ਇੱਕ ਪਾਸੇ ਸਾਡੇ ਨਾਲ ਧੱਕਾ ਹੋ ਰਿਹਾ, ਅਤੇ ਸੰਘਰਸ਼ ਕਮੇਟੀ ਵੀ ਸਾਡੇ ਨਾਲ ਧੱਕਾ ਕਰ ਰਹੀ ਹੈ। ਸੰਘਰਸ਼ ਕਮੇਟੀ ਦੇ ਨਾਲ ਤੁਸੀਂ ਜਿਵੇਂ ਕਹਿ ਰਹੇ ਹੋ 15 ਸਾਲ ਤੋਂ ਜੁੜੇ ਹੋਏ ਹੋ, ਫਿਰ ਤੁਹਾਡੇ ਨਾਲ ਧੱਕਾ ਕਿਉਂ ਕਰ ਰਹੇ ਹੋ? ਪਤਾ ਨਹੀਂ ਕੀ ਕਾਰਨ ਆ, ਸਾਡੀ ਤਾਂ ਗੱਲ ਨਹੀਂ ਸੁਣਦੇ। ਸਾਡੇ ਪਿੰਡ ਦਾ ਲਖਵਿੰਦਰ ਸਿੰਘ ਲੱਖਾ, ਉਹਦੀ ਗੱਲ ਸੁਣਦੇ, ਸਾਡੀ ਤਾਂ ਗੱਲ ਹੀ ਨਹੀਂ ਸੁਣਦੇ। ਉਹ ਕਹਿੰਦੇ ਨੇ ਵੀ ਜੋ ਗੱਲ ਕਹਿੰਦਾ ਉਹ ਹੀ ਸੱਚੀ ਆ, ਤੁਸੀਂ ਤਾਂ ਝੂਠ ਮਾਰਦੇ ਜੇ। ਅਤੇ ਪ੍ਰਸ਼ਾਸਨ ਵੇਖ ਕੇ ਗਿਆ, ਸਾਰੇ ਵੀਡੀਓ ਦੀ ਟੀਮ ਆਈ ਇੱਥੋਂ ਵੇਖ ਕੇ ਗਈ, ਕੋਈ ਰਾਹ ਨਹੀਂ, ਕੋਈ ਕੁਛ ਨਹੀਂ। ਇਹ ਸਾਡੇ ਨਾਲ ਐਵੇਂ ਧੱਕੇਸ਼ਾਹੀ ਕਰਦੇ, ਨਜਾਇਜ਼ ਸਾਡੀਆਂ ਵੀਡੀਓ ਬਣਾ ਬਣਾ ਕੇ ਪੇਸ਼ ਕਰੀ ਜਾਂਦੇ ਨੇ। ਹੋਰ ਕੋਈ ਤੁਹਾਡੀ ਕੋਈ ਨਿੱਜੀ ਕੋਈ ਰੰਜਿਸ਼ ਤਾਂ ਨਹੀਂ ਹੈਗੀ ਕਿ ਕੋਈ ਨਿੱਜੀ ਰੰਜਿਸ਼? ਇਹ ਨਾ ਸਾਨੂੰ ਪਹਿਲੀ ਤੋਂ ਆਈ ਸੀ। ਕਿੰਨਾ ਨੇ ਇਹਨੇ? ਕਰਨੈਲ ਸਿੰਘ ਅਤੇ ਇਹਦੇ ਦੋਵੇਂ ਮੁੰਡੇ ਇੰਦਰਜੀਤ ਸਿੰਘ ਅਤੇ ਕਿੰਦਰਜੀਤ ਸਿੰਘ, ਉਹ ਉਸ ਪੈਲੀ ਦੇ ਵਿੱਚੋਂ ਇਹਨਾਂ ਸਾਡੇ ਨਾਲ 45 ਲੱਖ ਦੀ ਠੱਗੀ ਮਾਰੀ ਹੈ, ਜਿਹਦਾ ਕਾਰਨ ਮੇਰਾ ਮੁੰਡਾ ਟੈਨਸ਼ਨ ਲੈ ਕੇ ਉਹਦੀ ਡੈਥ ਹੋ ਗਈ ਹੈ ਡਿਪਰੈਸ਼ਨ ਨਾਲ। ਮੈਂ ਖੁਦ ਟੈਨਸ਼ਨ 'ਚ ਰਹਿਣਾ ਇਸ ਗੱਲ 'ਚ, ਹੁਣ ਫਿਰ ਉਲਟਾ ਮੇਰੇ ਨਾਲ ਧੱਕੇਸ਼ਾਹੀ ਹੋ ਰਹੀ ਹੈ। ਅਤੇ ਕੀ ਬੇਨਤੀ ਕਰਦੇ ਹੋ ਪ੍ਰਸ਼ਾਸਨ ਨੂੰ ਕਿ ਕੀ ਹੋਣਾ ਚਾਹੀਦਾ ਤੁਹਾਡੇ ਇੱਥੇ? ਇਹ ਪ੍ਰਸ਼ਾਸਨ ਨੂੰ ਇਹੋ ਬੇਨਤੀ ਸਾਡੇ ਨਾਲ ਇਨਸਾਫ ਕੀਤਾ ਜਾਵੇ। ਜੇ ਰਾਹ ਸਰਕਾਰੀ ਉੱਥੇ ਬਣਦਾ ਵਾ ਤਾਂ ਤੁਸੀਂ ਛੱਡਣ ਲਈ ਤਿਆਰ ਹੋ? ਹਾਂ, ਸਰਕਾਰੀ ਜੇ ਬਣਦਾ ਹੋਵੇਗਾ ਤਾਂ, ਪਰ ਸਰਕਾਰੀ ਹੈ ਹੀ ਨਹੀਂ ਉੱਥੇ, ਰਾਹ ਹੈ ਹੀ ਨਹੀਂਗਾ। ਮਤਲਬ ਕਿ ਜੇ ਕੋਈ ਸਾਬਤ ਕਰਦਾ ਤਾਂ ਫਿਰ ਤਾਂ? ਹਾਂ, ਸਰਕਾਰੀ ਰਾਹ ਹੈ ਹੀ ਨਹੀਂਗਾ ਉੱਥੇ। ਓਕੇ। ਹਾਂ, ਜੇ ਸਰਕਾਰੀ ਬਣਦਾ ਤਾਂ ਫਿਰ ਜੋ ਵੀ ਹੈ ਉਹ ਛੱਡ ਦਿਆਂਗੇ। ਕੀ ਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ? ਵੀਰ ਜੀ, ਮੇਰਾ ਨਾਂ ਸੁਖਚੈਨ ਸਿੰਘ, ਪੁੱਤਰ ਸਰਦਾਰ ਹਰਬੰਸ ਸਿੰਘ, ਬਸਤੀ ਨਾਮਦੇਵ ਦਾ ਵਾਸੀ ਹਾਂ। ਸਾਨੂੰ ਤਕਰੀਬਨ 14 ਤੋਂ 15 ਸਾਲ ਹੋ ਗਏ ਨੇ ਇਸ ਜਥੇਬੰਦੀ ਨਾਲ ਜੁੜਿਆ ਹੋਇਆ। ਠੀਕ ਆ ਜੀ, ਜਿਵੇਂ ਡੈਡੀ ਜੀ ਹੁਣਾਂ ਨੇ ਦੱਸਿਆ ਵੀ ਅਸੀਂ ਇਹਨਾਂ ਨੇ ਸਾਡੇ ਨਾਲ 45 ਲੱਖ ਰੁਪਈਏ ਦੀ ਠੱਗੀ ਮਾਰੀ। ਅਸੀਂ ਜਦੋਂ ਉਹਦਾ ਹਿਸਾਬ ਮੰਗਣ ਲਈ SHO ਮਖੂ ਨੂੰ ਦਰਖਾਸਤ ਦਿੱਤੀ ਆਪਣੀ, ਅਤੇ ਇਹਨਾਂ ਨੇ ਉਸ ਮੁੱਦੇ ਨੂੰ ਭੜਕਾਉਣ ਲਈ ਜਥੇਬੰਦੀ ਦਾ ਸਾਥ ਲੈ ਕੇ ਅਤੇ ਨਜਾਇਜ਼ ਐਵੇਂ ਸਾਡੇ 'ਤੇ ਪ੍ਰੈਸ਼ਰ ਪਾਉਣ ਲਈ ਧਰਨੇ ਲਾ ਕੇ ਅਤੇ ਸਾਡੇ 'ਤੇ ਨਜਾਇਜ਼ ਪਰਚਾ ਦਰਜ ਕਰਾਉਣ ਦੀ ਕਾਰਵਾਈ ਕਰਨ ਦੀ ਮੰਗ ਕਰਦੇ ਪਏ ਨੇ। ਕਿਉਂਕਿ ਇੱਕ ਬੰਨੇ ਤਾਂ ਜਥੇਬੰਦੀ ਕਹਿ ਦਿੰਦੀ ਹੈ ਵੀ ਅਸੀਂ ਵੋਟਾਂ ਨਹੀਂ ਵੇਖਦੇ, ਅਸੀਂ ਹੱਕ ਸੱਚ ਵੇਹਣੇ ਹਾਂ। ਅੱਜ ਜੇ ਉਹ ਜੇ 7-8 ਘਰ ਇੱਕ ਬੰਨੇ ਆ ਅਤੇ ਅਸੀਂ 2 ਬੰਨੇ ਆ, ਇਹ ਬਸ ਗਿਣਤੀ ਵੇਖ ਰਹੇ ਨੇ ਵੀ ਸਾਡੇ ਮਗਰ ਜਾਦੀਏ, ਕੋਈ ਹੱਕ ਸੱਚ ਨਹੀਂ ਵੇਖਿਆ ਜਾ ਰਿਹਾ ਜੀ। ਠੀਕ ਆ ਜੀ, ਜਿਹੜਾ ਸੂਦਾਂ ਪਿੰਡ ਨਾਲ ਜ਼ਮੀਨ ਦਾ ਸਮਝੌਤਾ ਹੋਇਆ ਸੀ, 100 ਕਿੱਲਾ ਜ਼ਮੀਨ ਸੀ ਜਿਹਦੇ 'ਚੋਂ 40 ਕਿੱਲੇ ਸੂਦਾਂ ਪਿੰਡ ਨੂੰ ਚਲੀ ਗਈ, 60 ਕਿੱਲੇ ਸਾਡੇ ਕੋਲ ਆ। ਠੀਕ ਆ ਜੀ, ਉਸ ਰੇਸ਼ੋ ਨਾਲ ਜਿਹੜੀ ਬਚਦੀ ਜ਼ਮੀਨ ਵੰਡੀ ਗਈ ਸੀ, ਇਹਨਾਂ ਆਗੂਆਂ ਨੇ ਉਦੋਂ ਸਾਨੂੰ ਭਰੋਸਾ ਦਵਾਇਆ ਕਿ ਤੁਸੀਂ ਘਰੇ ਬਹੋ, ਅਸੀਂ ਜੋ ਕਰਾਂਗੇ ਸਹੀ ਕਰ ਦਾਂਗੇ, ਸਾਨੂੰ ਯਕੀਨ ਸੀ। ਪਰ ਜਦੋਂ ਬਾਅਦ ਵਿੱਚ ਪਤਾ ਲੱਗਾ ਸਾਡੇ ਕੋਲ 16 ਕਿੱਲੇ ਪੈਲੀ ਸੀ, ਉਹਦੇ 'ਚੋਂ ਸਾਨੂੰ ਅੱਧੀ ਛੱਡੀ ਗਈ 8 ਕਿੱਲੇ, ਕਿਉਂਕਿ ਜੇ ਰੇਸ਼ੋ ਦੇ ਹਿਸਾਬ ਨਾਲ ਵੇਖੀਏ ਸਾਡੀ 10 ਕਿੱਲੇ ਥਾਂ ਬਣਦਾ ਸੀ। ਅਤੇ ਜਿਹੜਾ ਲੱਖਾ ਪ੍ਰਧਾਨ ਇਹਨਾਂ ਦਾ ਵਸਤੀ ਨਾਮਦੇਵ ਦਾ ਪਿੰਡ ਦਾ, ਉਹਨੂੰ 10 ਪਿੱਛੇ 6 ਛੱਡੀ ਗਈ ਹੈ। ਹੋਰ ਜਿਹੜੇ 2-3 ਘਰ ਹੈ ਉਹਨਾਂ ਨੂੰ ਵੀ ਪੂਰੀ ਛੱਡੀ ਗਈ, ਸਾਨੂੰ ਪਹਿਲੀ ਅੱਧੀ ਛੱਡੀ ਗਈ ਹੈ। ਅਸੀਂ ਜਦੋਂ ਉਹ ਮੰਗ ਰੱਖੀ ਸਾਡੀ ਗੱਲ ਨੂੰ ਅਣਗੌਲਿਆ ਕੀਤਾ ਗਿਆ, ਅਤੇ ਸਾਨੂੰ ਬਹੁਤ ਵੱਧ ਘੱਟ ਵੀ 1-2 ਵਾਰੀ ਬੋਲਿਆ, ਅਸੀਂ ਫਿਰ ਉਹ ਗੱਲ ਦਾ ਮੁੱਦਾ ਹੀ ਛੱਡਤਾ, ਇਹਨਾਂ ਸਾਡੀ ਜਦੋਂ ਗੱਲ ਹੀ ਨਾ ਸੁਣੀ। ਹੁਣ ਜਦੋਂ ਅਸੀਂ ਉਹਨਾਂ ਤੋਂ ਆਪਣੇ ਪੈਸਿਆਂ ਦਾ ਹਿਸਾਬ ਲੈਣ ਲਈ ਦਰਖਾਸਤ ਦਿੱਤੀ, ਅਤੇ ਇਹਨਾਂ ਨੇ ਕੋਈ ਐਵੇਂ ਨਜਾਇਜ਼ ਮੁੱਦਾ ਬਣਾ ਕੇ ਉੱਥੇ ਧਰਨਾ ਲਾ ਕੇ ਨਜਾਇਜ਼ ਹੀ ਪ੍ਰਸ਼ਾਸਨ 'ਤੇ ਦਬਾਅ ਪਾਇਆ ਜਾ ਰਿਹਾ ਇਹਨਾਂ ਵੱਲੋਂ। ਕੀ ਬੇਨਤੀ ਕਰਨੀ ਚਾਹੋਗੇ ਤੁਹਾਡੀ? ਇਹ ਜਿਹੜੀ ਗੱਲ ਆ ਸੀਨੀਅਰ ਪ੍ਰਸ਼ਾਸਨ ਤੱਕ ਜਾਣੀ ਆ, ਸੀਨੀਅਰ ਪ੍ਰਸ਼ਾਸਨ ਨੇ ਦੇਖਣਾ ਸਾਰਾ ਕੁਛ, ਕੀ ਬੇਨਤੀ ਕਰਨੀ ਚਾਹੋਗੇ ਉਹਨਾਂ ਨੂੰ? ਅਸੀਂ ਬੇਨਤੀ ਇਹ ਕਰਨੀ ਚਾਹੁੰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਵੇ,
ਇਹ ਸਾਡੇ ਨਾਲ ਨਜਾਇਜ਼ ਧੱਕਾ ਹੋ ਰਿਹਾ ਵਾ, ਇਸ ਮਾਮਲੇ ਦੀ ਪੂਰੀ ਜਾਂਚ ਪੜਤਾਲ ਕਰਕੇ ਇਹਦੀ ਤਹਿ ਤੱਕ ਪਹੁੰਚ ਕੇ ਸਾਨੂੰ ਇਸ ਇਨਸਾਫ ਦਵਾਇਆ ਜਾਏ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜੀ। ਜਥੇਬੰਦੀਆਂ ਕਹਿੰਦੀਆਂ ਸੀ ਇਨਸਾਫ ਕਰਦੀਆਂ, ਜਥੇਬੰਦੀ ਦਾ ਫਰਜ਼ ਹੈ ਦੋਵੇਂ ਪੱਖ ਸੁਣਨੇ, ਇਹ ਜਿੰਨੇ ਫੈਸਲੇ ਕਰਦੇ ਇੱਕ ਤਰਫੇ ਕਰਦੇ ਨੇ। ਮੇਰੇ ਸਾਹਮਣੇ ਹੋਏ, ਮੈਂ ਵੀ ਜਥੇਬੰਦੀ 'ਚ 15 ਸਾਲ ਤੋਂ ਜੁੜਿਆ ਹਾਂ। ਇੱਕ ਇੰਦਰਜੀਤ ਸਿੰਘ ਕੱਲੀਵਾਲ ਜਦੋਂ ਦਾ ਆਇਆ ਨਾ, ਜਥੇਬੰਦੀ ਨਾਲ ਧੱਕੇ ਹੋ ਰਹੇ ਨੇ, ਬੜੇ ਬੰਦੇ ਜਥੇਬੰਦੀ ਨਾਲ ਉਹ ਟੁੱਟੇ ਨੇ, ਇਸ ਕਰਕੇ ਵੀ ਇੱਕ ਤਰਫੀ ਗੱਲ ਕਰਦੇ, ਦੂਜਾ ਪੱਖ ਸੁਣਦੇ ਹੀ ਨਹੀਂ ਗੇ। ਇਹਨਾਂ ਦਾ ਫਰਜ਼ ਨਹੀਂ ਬਹਿ ਕੇ ਦੋਵੇਂ ਪੱਖ ਸੁਣੋ ਜੇ ਉਹਨਾਂ ਦੇ ਫੈਸਲੇ ਕਰਾਉਂਦੇ ਆ ਤਾਂ। ਅਤੇ ਡਾ ਜਿਹੜਾ ਮਾਮਲਾ ਸੀ, ਤੁਸੀਂ ਉਹਨੂੰ ਲੈ ਕੇ ਜਥੇਬੰਦੀ ਦੇ ਕਿਸੇ ਆਗੂ ਕੋਲ ਗਏ ਸੀ? ਹਾਂ ਗਏ ਜੀ, ਸਾਡੀ ਕਿਸੇ ਨਹੀਂ ਸੁਣੀ, ਅਸੀਂ ਉੱਤੋਂ ਵੀ ਫੋਨ ਕਰਾਏ ਨੇ। ਓਕੇ, ਸੁਖਵਿੰਦਰ ਸਿੰਘ ਸਭਰਾ ਇਹ ਜਿਹੜੇ ਸੂਬਾ ਸਕੱਤਰ, ਉਹਦਾ ਵੀ ਫੋਨ ਕਰਾਇਆ, ਪਰ ਕੋਈ ਅਸਰ ਨਹੀਂ ਹੋਇਆ ਉਹ ਫੋਨ ਫਾਨ ਦਾ, ਨਾ ਕਿਸੇ ਸਾਡੀ ਗੱਲ ਸੁਣੀ ਆ। ਜੇ ਆਪਾਂ ਫੈਸਲੇ ਕਰਾਉਣੇ ਆ ਫਿਰ ਇੱਕ ਤਰਫੇ ਚਾਹੀਦੇ ਕਿ ਜਾਂ ਦੋਵੇਂ ਪੱਖ ਸੁਣਨੇ ਚਾਹੀਦੇ ਨੇ? ਦੋਵੇਂ ਪੱਖ ਸੁਣਨੇ ਚਾਹੀਦੇ ਨੇ। ਇਹ ਇੱਕ ਪੱਖ ਹੀ ਸੁਣਦੇ, ਦੂਜਾ ਸੁਣਦੇ ਨਹੀਂ, ਜਿਹਦੇ ਨਾਲ ਇਹਨਾਂ ਦਾ ਮਤਲਬ ਚੰਗਾ ਪ੍ਰੇਮ ਵਿਹਾਰ ਸਮਝ ਲਓ, ਉਹਦੀ ਗੱਲ ਸੁਣਦੇ, ਦੂਜੇ ਦੀ ਤਾਂ ਸੁਣਦੇ ਨਹੀਂ, ਮਾੜੇ ਨੂੰ ਤਾਂ ਕੁਚਲਣਾ ਚਾਹੁੰਦੇ ਨੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਸਾਰੀ ਗੱਲਬਾਤ ਅਸੀਂ ਇਹਨਾਂ ਸੁਣੀ ਆ ਕਿਸਾਨ ਵੀਰਾਂ ਦੀ। ਜੇਕਰ ਸਾਰੇ ਮਾਮਲੇ ਨੂੰ ਜਾਂਚਿਆ ਜਾਵੇ ਤਾਂ ਇੱਥੇ ਇਹੀ ਨਿਕਲਦਾ ਕਿ ਜਿਹੜੀ ਸਾਰੇ ਮਾਮਲੇ ਦੀ ਜਾਂਚ ਜਿਹੜੀ ਉਹ ਨਿਰਪੱਖ ਜਾਂਚ ਕੀਤੀ ਜਾਣੀ ਚਾਹੀਦੀ ਹੈ ਪ੍ਰਸ਼ਾਸਨ ਵੱਲੋਂ, ਅਤੇ ਜਿਹੜਾ ਜੇ ਰਾਹ ਬਣਦਾ ਵਾ, ਇਹ ਵੀਰ ਵੀ ਕਹਿ ਰਹੇ ਨੇ, ਜੇ ਸਰਕਾਰੀ ਸਾਬਤ ਹੁੰਦਾ ਤਾਂ ਛੱਡਣ ਲਈ ਤਿਆਰ ਹਾਂ, ਜਦੋਂ ਰਾਹ ਉੱਥੇ ਹੈ ਹੀ ਨਹੀਂ ਤਾਂ ਫਿਰ ਇਹ ਕਿਸੇ ਦੀ ਜ਼ਮੀਨ ਦੇ ਵਿੱਚ ਰਾਹ ਕੱਢਣਾ ਨਜਾਇਜ਼ ਆ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਕਿ ਜਿਹੜਾ ਸਾਰਾ ਮਾਮਲਾ ਦੀ ਨਿਰਪੱਖ ਜਾਂਚ ਕੀਤੀ ਜਾਵੇ, ਅਤੇ ਜਿਹੜਾ ਜਿਹਨੂੰ ਇਨਸਾਫ ਬਣਦਾ ਉਹਨੂੰ ਇਨਸਾਫ ਦਵਾਇਆ ਜਾਵੇ। ਤਪਦਾ ਸੱਚ ਨਿਊਜ਼ ਰਿਪੋਰਟਰ ਕਮਲਜੀਤ ਸਿੰਘ ਮਰਹਾਣਾ।